जालंधर के कपूरथला चौक के नजदीक गुगलानी परिवार की ओर से हर वर्ष की तरह इस वर्ष भी भव्य लंगर का आयोजन किया गया, जिसका शुभारंभ जालंधर शहरी यूथ कांग्रेस के उपाध्यक्ष राजेश अग्निहोत्री भोला ने विशेष रूप से उपस्थित होकर किया। इस मौके पर आकाश गुगलानी ने कहा कि हर साल वह यहां पर भव्य लंगर का आयोजन करते हैं, जिसका शुभारंभ दैनिक सवेरा के मुख्य संपादक शीतल विज द्वारा किया जाता है, लेकिन इस बार वह किसी कारणवश यहां नहीं पहुंच पाए, परंतु उनकी टीम का उन्हें पूरा सहयोग मिला है, जिसके लिए वह शीतल विज का आभार व्यक्त करते हैं। इस अवसर पर रवि कुंदी, राहुल वर्मा, कुलदीप शेंटी, सूरज महेंद्रू, केतन, जतिन, विकास, गौरव, सतीश कुमार, रॉकी गोल्डी, रवि मल्होत्रा, सूरज खन्ना, संजय, अमित टंडन, मोहित चावला, संजू अबरोल सहित अन्य लोग भी मौजूद रहे। जालंधर से हलचल के लिए सुदेश भगत की रिपोर्ट। ਲੋਕਾਂ ਦੀ ਸੇਵਾ ਦੇ ਲਈ, ਜਨਤਾ ਦੀ ਸੇਵਾ ਦੇ ਲਈ ਹਰ ਸਾਲ ਲੰਗਰ ਦਾ ਆਯੋਜਨ ਕਰਦਾ, ਜੋ ਇਸ ਸਾਲ ਵੀ ਇਹਨਾਂ ਨੇ ਮੇਰੇ ਕੋਲ ਦੂਸਰਾ ਲੰਗਰ ਹੈ ਜੀ, ਹਰ ਸਾਲ ਲੰਗਰ ਲਗਾਉਂਦੇ ਨੇ ਜੀ ਇਹ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜੀ, ਔਰ ਚੰਗੀ ਪਾਸੇ ਹੈ ਔਰ ਚੰਗੀ ਸੋਚ ਹੈ ਇਹਨਾਂ ਦੇ ਜੀ, ਸਾਰੇ ਸਮਾਜ ਦੀ ਸੇਵਾ ਕਰ ਰਹੇ ਨੇ। ਅੱਜ ਸਾਡੇ ਪਰਿਵਾਰ ਵੱਲੋਂ, ਗੁਗਲਾਨੀ ਫੈਮਿਲੀ ਵੱਲੋਂ, ਜੋ ਕਿ ਹਰ ਬੜੀ ਮੁੱਖ ਲੰਗਰ ਲਗਾਇਆ ਜਾਂਦਾ ਹੈ, ਤੋ ਅੱਜ ਵੀ ਮਹਾਰਾਣੀ ਦੇ ਖੁਸ਼ੀ ਨਾਲ ਆਪਾਂ ਲੰਗਰ ਲਵਾਇਆ, ਅਤੇ ਅਸੀਂ ਚਾਹੁੰਦੇ ਹਾਂ ਇੱਦਾਂ ਹੀ ਮਹਾਰਾਣੀ ਸਾਨੂੰ ਖੁਸ਼ੀਆਂ ਦਿੰਦੀ ਰਹੀ ਅਤੇ ਅਸੀਂ ਲੰਗਰ ਲਵਾਉਂਦੇ ਰਹੀਏ, ਸਮਾਜ ਵਿੱਚ ਸੇਵਾ ਕਰਦੇ ਰਹੀਏ ਅਤੇ ਆਪਣੇ ਵੱਡੇ ਵੀਰਾਂ ਦਾ, ਆਪਣੇ ਅਜ਼ੀਜ਼ਾਂ ਦਾ ਆਸ਼ੀਰਵਾਦ ਕਰ ਦਿਓ। ਸਾਡੇ ਆਗਾਮੀ ਅਤੇ ਸ਼ੀਤਲ ਵਿੱਚ ਹੀ ਦੈਨਿਕ ਸਵੇਰਾ ਸੰਪਾਦਕ, ਜੋ ਕਿ ਜਿਨ੍ਹਾਂ ਨੇ ਅੱਜ ਆਉਣਾ ਸੀਗਾ ਬਟ ਕਿਸੇ ਵਜ੍ਹਾ ਕਰਕੇ ਉਹ ਨਹੀਂ ਆ ਸਕੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਉਹ ਹਰ ਵਾਰ ਆਉਂਦੇ ਨੇ ਅਤੇ ਮੇਰਾ ਮੈਨੂੰ ਇੱਦਾਂ ਹੀ ਜਿਹੜਾ ਹੌਸਲਾ ਵਧਾ ਕੇ ਜਾਂਦੇ ਨੇ ਅਤੇ ਨਾਲੇ ਆਸ਼ੀਰਵਾਦ ਦੇ ਕੇ ਜਾਂਦੇ ਨੇ। ਇੱਦਾਂ ਹੀ ਮੇਰੇ ਭਾਅ ਜੀ ਵੱਡੇ, ਇਹਨਾਂ ਦਾ ਵੀ ਮੈਂ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ, ਜੋ ਕਿ ਮੇਰੇ ਇਸ ਲੰਗਰ ਪ੍ਰੋਗਰਾਮ 'ਤੇ ਆਏ ਨੇ ਅਤੇ ਮੇਰਾ ਹੌਸਲਾ ਵਧਾਇਆ, ਤਾਂ ਕਿ ਮੈਂ ਹਰ ਸਾਲ ਇੱਦਾਂ ਹੀ ਲੰਗਰ ਲਗਾਉਂਦਾ ਰਹਾਂ ਅਤੇ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਮੰਗਦਾ ਰਹਾਂ। ਮੇਰੇ ਵੀਰ ਕੁੰਡੀ ਭਾਅ ਜੀ, ਗੋਲਡੀ ਭਾਅ ਜੀ, ਕਾਰਤਿਕ ਭਾਅ ਜੀ, ਹੋਰ ਵੀ ਮੇਰੇ ਰੋਕੀ ਭਾਅ ਜੀ, ਰੋਕੀ ਬਦਵਾ ਜੀ, ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ।